ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਨ ਲੱਗੇ ਹਾਂ। ਸੋ ਇਹ ਹੈਂਡ ਐਮਬਰਾਇਡਰੀ ਦਾ ਸੂਟ ਹੈ, ਬਾਦਲਾ ਵਰਕ ਹੈ ਜੀ। ਜੋ ਵੀ ਜਿਸ ਤਰ੍ਹਾਂ ਵੀ ਔਰਡਰ ਜਿਹੜੇ ਕੰਪਲੀਟ ਹੋ ਰਹੇ ਹੈਗੇ ਆ ਉਹ ਤੁਹਾਡੇ ਨਾਲ ਸ਼ੇਅਰ ਕਰੀਦੇ ਆ, ਕਿਉਂਕਿ ਇਹ ਸਾਰੇ ਔਰਡਰ ਦੇ ਪੀਸ ਹੈ। ਇਸ ਤਰ੍ਹਾਂ ਦੀ ਨਹੀਂ ਹੈਗਾ ਕਿ ਡਾਊਟ ਹੁੰਦਾ ਸਾਰਿਆਂ ਨੂੰ ਕਿ ਤੁਸੀਂ ਬਣਾ ਕੇ ਕੁਛ ਹੋਰ ਭੇਜਦੇ ਹੋ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਸਾਰੇ ਔਰਡਰ ਦੇ ਪੀਸ ਹੈ। ਅਸੀਂ ਬਿਲਕੁਲ ਵੀ ਜਿਹੜੇ ਰੈਡੀ ਸਟਾਕ ਨਹੀਂ ਰੱਖਦੇ ਹੈਗੇ, ਔਰਡਰ ਦੇ ਹੀ ਪੀਸ ਰੱਖਦੇ ਹਾਂ। ਸੋ ਇਹ ਜਿਵੇਂ ਬੋਟਲ ਗ੍ਰੀਨ 'ਤੇ ਬਣਿਆ ਹੋਇਆ ਹੈ ਜੀ, ਇਹ ਦੇਖੋ। ਨਾਲ ਅਸੀਂ ਇਹਦੇ ਪੀਚ ਹੈ ਜਿਹੜਾ, ਪੈਚ ਲਾ ਕੇ ਵਰਕ ਕੀਤਾ ਹੋਇਆ ਹੈ, ਦੇਖੋ। ਸੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹ। ਇਹਦੇ ਵਿੱਚ ਹੈਂਡ ਦੇ ਵਿੱਚ ਇਹ ਸਾਰੀ ਜਿਹੜਾ ਦਬਕਾ ਹੈ, ਤਿੱਲਾ, ਸਿੱਪੀ, ਕਟਦਾਨਾ ਔਰ ਥਰੈਡ ਲਾ ਕੇ ਜਿਵੇਂ ਇਹਦੇ 'ਚ ਵਰਕ ਹੋਇਆ, ਇਹਦੇ ਨਾਲ ਜਿਵੇਂ ਅਸੀਂ ਮਜੰਟਾ ਜਿਹੜਾ ਵਿੱਚ ਥੋੜ੍ਹਾ ਟੱਚ ਦਿੱਤਾ, ਪਿੰਕ ਪੀਚ ਮਜੰਟਾ। ਸੋ ਇਹ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਦਾ ਹੈਗਾ, ਇਹ ਦੇਖੋ। ਪੂਰਾ ਹੈਵੀ ਸੂਟ ਹੈ, ਪੂਰਾ ਫੁੱਲ ਹੈ ਜਿਹੜਾ, ਹੈਵੀ ਹੈ। ਜਦੋਂ ਤੁਸੀਂ ਵੇਅਰ ਕਰੋਗੇ ਉਸ ਟਾਈਮ ਆ ਜਿਹੜਾ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਪੂਰਾ ਹੈਵੀ ਹੈ ਜਿਹੜਾ ਵੇਅਰ ਕਰਨ ਦੇ ਵਿੱਚ ਸੂਟ ਹੈ ਜਿਹੜਾ। ਲੁੱਕ ਵਾਈਜ਼ ਵੀ ਜਦੋਂ ਅਸੀਂ ਸਟਿਚਿੰਗ ਕਰਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਹੈਵੀ ਹੈ ਇਹ ਪੀਸ। ਇਹਦੇ ਨਾਲ ਜਿਵੇਂ ਅਸੀਂ ਬੋਟਮ ਦੇ ਵਿੱਚ ਆ ਜੀ ਸ਼ਰਾਰਾ ਬਣਾਇਆ ਹੋਇਆ, ਸ਼ਰਾਰੇ ਦੇ ਉੱਪਰ ਇਸ ਤਰ੍ਹਾਂ ਸਾਰੇ ਦੇ ਉੱਪਰ ਆ ਜਿਹੜੀਆਂ ਇਹ ਲੇਸਿਸ ਲੱਗੀਆਂ ਹੋਈਆਂ, ਔਰ ਇਸ ਤਰ੍ਹਾਂ ਜਿਹੜਾ ਦੁਪੱਟੇ ਦੇ ਉੱਪਰ ਕਿਰਨਾਂ ਵਾਲਾ ਲੇਸਿਸ ਵਾਲਾ ਜਿਹੜਾ ਕੋਟਾ ਦਿੱਤਾ ਹੋਇਆ। ਸੋ ਇਹ ਬਹੁਤ ਹੀ ਅੱਜ ਕੱਲ੍ਹ ਜਿਵੇਂ ਟ੍ਰੈਂਡ ਦੇ ਵਿੱਚ ਹੈ, ਸਿੱਪੀ ਦੀਆਂ ਸਾਰੇ ਦੁਪੱਟੇ ਦੇ ਵਿੱਚ ਆ ਜਿਹੜੀਆਂ ਸਿੱਪੀ ਦੀਆਂ ਲਾਈਨਸ, ਔਰ ਇਹ ਅੱਜ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਜੀ। ਬਹੁਤ ਹੀ ਟ੍ਰੈਂਡ ਦੇ ਵਿੱਚ ਇਸ ਤਰ੍ਹਾਂ ਦਾ ਵਰਕ ਹੈਗਾ, ਕੰਬੀਨੇਸ਼ਨ ਹੈ, ਬਿਲਕੁਲ ਡਿਫਰੈਂਟ ਇਹ ਡਿਜ਼ਾਈਨ ਹੈਗਾ ਜੀ ਨਿਊ। ਔਰ ਸਾਰਿਆਂ ਦੇ ਜਿਹੜੇ ਪੀਸਿਸ ਆ, ਜਿਵੇਂ ਵੀ ਅਸੀਂ ਮੈਰੂਨ 'ਤੇ ਬਣਾਉਂਦੇ ਹਾਂ ਉਸ 'ਤੇ ਵੀ ਇਹ ਬਹੁਤ ਸੋਹਣਾ ਸ਼ੇਡ ਆਉਂਦਾ, ਔਰ ਹੁਣ ਜਿਵੇਂ ਇਹ ਬੋਟਲ ਗ੍ਰੀਨ 'ਤੇ ਬਣਿਆ ਹੈ, ਔਰ ਰਾਣੀ ਹੌਟ ਪਿੰਕ ਸ਼ੇਡ 'ਤੇ ਵੀ ਬਣਦਾ, ਰਾਣੀ ਸ਼ੇਡ 'ਤੇ ਵੀ। ਸੋ ਉਸ 'ਤੇ ਵੀ ਇਹ ਬਹੁਤ ਪਿਆਰਾ ਲੱਗਦਾ। ਸੋ ਨੈਕਸਟ ਹੈਗਾ ਜਿਹੜਾ ਉਹ ਆਪਾਂ ਬਾਦਲਾ ਦਾ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ। ਇਹ ਵੀ ਇਹ ਦੇਖੋ ਬਾਦਲਾ ਵਰਕ ਦਾ ਡਿਜ਼ਾਈਨ ਹੈਗਾ, ਬਾਰਡਰ ਬਣਦਾ ਹੈਗਾ ਉੱਪਰ ਤੱਕ ਆ ਜਿਹੜੇ ਇਹਦੇ, ਇਸ ਤਰ੍ਹਾਂ ਲਾਈਨਸ ਦੇ ਵਿੱਚ ਫਲਾਵਰਸ ਆਉਂਦੇ ਹੈਗੇ ਆ। ਪੂਰਾ ਫੁੱਲ ਹੈਵੀ ਹੈ ਜਿਹੜਾ ਸੂਟ ਹੈ ਇਹ, ਇਹਦੀ ਲੁੱਕ ਹੈਗੀ ਹੈ ਇਹ ਦੇਖੋ। ਇਸ ਤਰ੍ਹਾਂ ਇਹਦੇ ਬਾਜੂ 'ਤੇ ਵਰਕ ਹੈਗਾ, ਔਰ ਬੈਕ 'ਤੇ ਵੀ ਅਸੀਂ ਇਸ ਤਰ੍ਹਾਂ ਵਰਕ ਦਿੰਦੇ ਹੈਗੇ ਹਾਂ। ਸੋ ਇਹਦੇ ਦੁਪੱਟੇ 'ਤੇ ਵੀ ਅਸੀਂ ਵਰਕ ਕੀਤਾ ਹੋਇਆ ਜੀ, ਫੋਰ ਸਾਈਡਡ ਹੈ ਜਿਹੜਾ ਕੱਟ ਵਰਕ ਹੈ ਇਹ। ਔਰ ਵਿੱਚ ਹੈ ਜਿਹੜਾ ਇਹਦੇ ਬੂਟੀ ਹੈ, ਸਾਈਡਸ ਅਤੇ ਕੋਰਨਰਸ 'ਤੇ ਜਿਹੜੇ ਬੂਟੇ ਦਿੱਤੇ ਹੋਏ ਆ, ਵਿੱਚ ਹੈ ਜਿਹੜੀ ਬੂਟੀ ਦਿੱਤੀ ਹੋਈ ਹੈ। ਸੋ ਇਹ ਵੀ ਬੋਟਲ ਗ੍ਰੀਨ 'ਤੇ ਵੀ ਇਹ ਜਿਹੜਾ ਕਲਰ ਹੈਗਾ ਇਹ ਬਹੁਤ ਹੀ ਪਿਆਰਾ ਲੱਗਦਾ। ਸੋ ਇਹ ਜਿਵੇਂ ਬੋਟਲ ਗ੍ਰੀਨ ਅੱਜ ਕੱਲ੍ਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੈ, ਸੋ ਉਸ ਤਰ੍ਹਾਂ ਅਸੀਂ ਜਿਵੇਂ ਸੂਟਸ ਬਣਾਉਂਦੇ ਹਾਂ। ਇਹ ਬਾਲਾ ਵਰਕ ਦਾ ਜਿਹੜਾ ਕੰਬੀਨੇਸ਼ਨ ਹੈ ਜੀ, ਡਾਰਕ ਸ਼ੇਡ 'ਤੇ ਵੀ ਬਹੁਤ ਹੀ ਵਧੀਆ ਲੱਗਦਾ। ਜਿਨ੍ਹਾਂ ਦੀ ਸੋਬਰ ਚੋਇਸ ਹੈਗੀ ਆ ਉਹ ਲਾਈਟ ਸ਼ੇਡ ਦੇ ਵਿੱਚ ਵੀ ਜਾ ਸਕਦੇ ਆ, ਕਿਉਂਕਿ ਲਾਈਟ ਸ਼ੇਡ ਵੀ ਅੱਜ ਕੱਲ੍ਹ ਜਿਵੇਂ ਟ੍ਰੈਂਡ ਦੇ ਵਿੱਚ ਹੈ ਅਤੇ ਬਹੁਤ ਹੀ ਸੋਬਰ ਜਿਹੀ ਲੁੱਕ ਹੈ ਜਿਹੜੀ ਲਾਈਟ ਸ਼ੇਡ 'ਤੇ ਆਉਂਦੀ ਹੈ। ਜਿਵੇਂ ਇਹ ਸ਼ੇਡ, ਇਹ ਵਰਕ ਹੈਗਾ, ਇਹ ਮੀਡੀਅਮ ਜਿਹਾ ਸ਼ੇਡ ਕਹਿ ਸਕਦੇ ਹੋ। ਇਹਨੂੰ ਤੁਸੀਂ ਫਾਲਸਾ ਜਾਂ ਬਰਾਊਨ ਦੀ ਟੱਚ ਦੇ ਵਿੱਚ, ਬ੍ਰਿਕ ਬਰਾਊਨ ਸ਼ੇਡ ਹੈ ਜਿਵੇਂ, ਉਸ ਟੱਚ ਦੇ ਵਿੱਚ ਆ ਜਾਂਦਾ ਇਹ। ਇਹਦੇ ਵਿੱਚ ਅਸੀਂ ਕੀ ਕੀਤਾ ਹੈਗਾ, ਪਿੰਟੈਕਸ ਪਾਏ ਹੋਏ ਆ ਜੀ, ਇਸ ਤਰ੍ਹਾਂ ਫਲਾਰ ਹੈ ਵਿੱਚ, ਬੂਟੀ ਹੈ ਉੱਪਰ ਤੱਕ। ਇਹਦਾ ਜਿਹੜਾ ਕੰਸੈਪਟ ਹੈ ਬਿਲਕੁਲ ਡਿਫਰੈਂਟ ਹੈ, ਔਰ ਇਸ ਤਰ੍ਹਾਂ ਇਹਦੇ ਬਟਨਸ ਦਿੱਤੇ ਹੋਏ ਆ। ਸੋ ਦੇਖੋ ਤੁਸੀਂ ਬਹੁਤ ਹੀ ਨੀਟ ਐਂਡ ਕਲੀਨ ਆ ਜਿਹੜਾ ਅਸੀਂ ਸਾਰਾ ਸਟਿਚਿੰਗ ਦੇ ਵਿੱਚ ਆ ਜਿਹੜੀ ਵਰਕ ਕਰਦੇ ਹਾਂ, ਸਟਿਚਿੰਗ ਦੇ ਵਿੱਚ ਹੀ ਬਹੁਤ ਹੀ, ਇਹ ਦੇਖੋ ਬੋਟੀ ਬਟਨ ਦਿੰਦੇ ਹਾਂ, ਕਿਉਂਕਿ ਜਿਹੜੇ ਰੈਡੀਮੇਡਸ ਬਟਨ ਹੁੰਦੇ ਆ ਉਹ ਇੰਨੇ ਵਧੀਆ ਨਹੀਂ ਹੁੰਦੇ। ਸੋ ਇਸ ਤਰ੍ਹਾਂ ਇਹ ਬਾਜੂ ਦੇ ਵਿੱਚ ਹੈ, ਜੋ ਵੀ ਪਾਈਪਿੰਗ ਹੈ, ਜਿਵੇਂ ਵੀ ਕਿਸੇ ਨੂੰ ਫਿਨਿਸ਼ਿੰਗ ਦੀ ਲੋੜ ਹੁੰਦੀ ਹੈ, ਸੋ ਉਸ ਤਰ੍ਹਾਂ ਅਸੀਂ ਫਿਨਿਸ਼ਿੰਗ ਕਰਦੇ ਹਾਂ ਜੀ। ਇਹ ਬੋਟਮ ਦੇ ਨਾਲ ਹੈ, ਔਰ ਇਹਦੇ ਵਿੱਚ ਚਨੌਨ ਦੁਪੱਟਾ ਵਿਦ ਲੇਸਿਸ ਹੈ ਜੀ। ਇਹ ਚਨੌਨ ਦੁਪੱਟਾ ਦੇ ਇਸ ਤਰ੍ਹਾਂ ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ, ਜਿਹੜੇ ਸਿੰਪਲ ਸੋਬਰ ਜੀ ਲੇਸ ਹੈ, ਸੋ ਉਸ ਤਰ੍ਹਾਂ ਦਾ ਅਸੀਂ ਲੇਸ ਦਿੰਦੇ ਹਾਂ। ਸੋ ਇਹ ਵੀ ਜਿਹੜਾ ਕਲਰ ਹੈਗਾ ਬਿਲਕੁਲ ਡਿਫਰੈਂਟ ਹੈ, ਡਾਰਕ ਵੀ ਹੈ ਔਰ ਲਾਈਟ ਵੀ ਹੈ। ਔਰ ਇਹਦੀ ਬੈਕ 'ਤੇ ਵੀ ਜਿਹੜਾ ਅਸੀਂ ਪਿੰਟੈਕਸ ਪਾਉਂਦੇ ਹੈਗੇ ਹਾਂ ਦੋਨੋਂ ਸਾਈਡਸ 'ਤੇ, ਔਰ ਵਿੱਚ ਹੈ ਜਿਹੜੀ
ਬਾਦਲਾਂ ਦੀ ਚਾਵਲ ਟਾਂਕਾ ਦਿੱਤਾ ਹੋਇਆ ਇਸ ਤਰ੍ਹਾਂ ਬੈਕ ਸਾਈਡ 'ਤੇ ਵੀ ਤੇ ਡਿਜ਼ਾਈਨ ਹੈਗਾ ਔਰ ਫਰੰਟ 'ਤੇ ਵੀ ਡਿਜ਼ਾਈਨ ਹੈ। ਸੋ ਫਰੰਟ 'ਤੇ ਇਹ ਪੂਰਾ ਹੈਵੀ ਹੋ ਜਾਂਦਾ ਔਰ ਸਿੰਗਲ ਦੇ ਵਿੱਚ ਇਹ ਜਿਹੜਾ ਵਰਕ ਕੀਤਾ ਹੋਇਆ। ਸੋ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਅਜੇ ਬਣਾਉਣਾ ਚਾਹੁੰਦੇ ਹੋ ਜੀ, ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ 7589231377 'ਤੇ ਭੇਜ ਸਕਦੇ ਹੋ, ਔਡਰ ਕਰ ਸਕਦੇ ਹੋ। ਜਿਵੇਂ ਕਿ ਅਸੀਂ ਇੰਸਟਾਗ੍ਰਾਮ 'ਤੇ ਵੀ ਹੁਣ ਜਿਹੜੀਆਂ ਜਿਵੇਂ ਸੂਟਸ ਦੀਆਂ ਵੀਡੀਓਜ਼ ਅਪਲੋਡ ਕਰਦੇ ਹਾਂ, ਸੋ ਤੁਸੀਂ ਉੱਥੇ ਜਾ ਕੇ ਵੀ ਇੰਸਟਾ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ, ਕਿਉਂਕਿ ਕਈ ਵਾਰ ਕਸਟਮਰ ਦੀ ਕਾਫੀ ਡਿਮਾਂਡ ਸੀ ਕਿ ਤੁਸੀਂ ਇੰਸਟਾ 'ਤੇ ਕਿਆ ਰਿਹਾ ਕਰੋ, ਕਿਉਂਕਿ ਤੁਹਾਡੀਆਂ ਵੀਡੀਓ ਦੇਖਣ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ, ਇੰਸਟਾ 'ਤੇ ਅਸੀਂ ਬੜਾ ਈਜ਼ੀਲੀ ਦੇਖ ਸਕਦੇ ਹਾਂ। ਸੋ ਉਹਨਾਂ ਲਈ ਅਸੀਂ ਇੰਸਟਾ ਦੇ ਵਿੱਚ ਉੱਪਰ ਅਪਡੇਟਾਂ, ਯੂਨੀਕ ਕ੍ਰਿਏਸ਼ਨ ਬੁਟੀਕ ਦੇ ਨਾਮ 'ਤੇ ਆਪਣਾ ਇੰਸਟਾ ਦਾ ਪੇਜ ਹੈਗਾ ਜੀ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਉਹਦਾ ਲਿੰਕ ਹੋਏਗਾ ਔਰ ਕਮੈਂਟ ਦੇ ਵਿੱਚ ਪਿੰਨ ਕੀਤਾ ਵੀ ਉਹਦਾ ਲਿੰਕ ਹੋਏਗਾ। ਸੋ ਤੁਸੀਂ ਉੱਥੇ ਜਾ ਕੇ ਵੀ ਸੂਟਸ ਦੇਖ ਸਕਦੇ ਹੋ, ਤੁਹਾਡੇ ਲਈ ਈਜ਼ੀ ਹੋ ਜਾਏਗਾ। ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਆ ਜਿਹੜੀ ਸ਼ੇਅਰ ਕਰਦੇ ਰਹਾਂਗੇ ਜੀ। ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।